ਛੇਵੀਂ ਵਾਰਡੀ ਹੈ ਸਿਰ ਦੇ ਸਾਹਮਣੇ ਪੇਸ਼ੀ ਆ ਉਹ ਵੀ ਧਰਮ ਸਿੰਘ ਮਜੀਠੀਆ ਦੀ ਹੋਵੇਗੀ। ਪੁੱਲਾ ਡਰੱਗ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛ ਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ। ਅੱਜ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਸਿਰ ਦੇ ਸਾਹਮਣੇ ਪੇਸ਼ ਹੋਣ ਵਾਸਤੇ ਆ ਰਹੇ ਨੇ। ਦੱਸ ਕੇ ਪਟਿਆਲਾ ਸ਼ਹਿਰ ਦੇ ਵਿੱਚ ਛੇਵੀਂ ਵਾਰਡੀ ਹੈ ਸਿਰ ਦੇ ਸਾਹਮਣੇ ਪੇਸ਼ੀ ਆ ਉਹ ਬਿਕਰਮਜੀਤ ਸਿੰਘ ਮਜੀਠੀਆ ਦੀ ਹੋਵੇਗੀ। ਤਸਵੀਰਾਂ ਦੇਖ ਦੋ ਇਸ ਸਮੇਂ ਭਾਰੀ ਜਿਹੜਾ ਕਿ ਆ ਪ੍ਰਸ਼ਾਸਨ ਬਲ ਤੈਨਾਤ ਹੈ, ਬੈਰੀਕੇਡਿੰਗ ਕੀਤੀ ਗਈ ਹੈ, ਪੁਲਿਸ ਵਾਲੇ ਪਟਿਆਲਾ ਦੇ ਬਾਹਰ ਮੌਜੂਦ ਆ, ਜਿੱਥੇ ਕਿ ਕੁਝ ਸਮੇਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਉਹ ਸਿੱਟ ਦੇ ਸਾਹਮਣੇ ਪੇਸ਼ ਹੋਣ ਵਾਸਤੇ ਆਉਣਗੇ। ਇਸ ਸਿੱਟ ਦੇ ਵਿੱਚ ਜਿਹੜੇ ਕਿ ਹੈ ਮੇਨ ਜਿਹੜੀ ਜਾਂਚ ਹੈ ਉਹ ਕਰਦੇ ਹੋਏ ਦਿਖਾਈ ਦੇਣਗੇ ਹਰਚਰਨ ਸਿੰਘ ਭੁੱਲਰ, ਜਿਹੜੇ ਕਿ ਸਿੱਟ ਦੇ ਇੰਚਾਰਜ ਨੇ, DIG ਹਰਚਰਨ ਸਿੰਘ ਭੁੱਲਰ ਨੇ। ਉਸ ਤੋਂ ਬਾਅਦ SSP ਪਟਿਆਲਾ ਸ੍ਰੀ ਵਰੁਣ ਸ਼ਰਮਾ, SBD ਸੌਰਵ ਜਿੰਦਲ ਤੇ ਉਸ ਤੋਂ ਇਲਾਵਾ ਜਿਹੜੇ ਕਿ DSP 2 ਹਰਚਰਨ ਜਿਹੜੇ ਟਿਵਾਣਾ ਸਾਹਿਬ ਨੇ ਉਹ ਵੀ ਸਮੇਟ ਕੇ ਇਸਦੀ ਜਿਹੜੀ ਕੀ ਹੈ ਪੈਰਵਾਈ ਕਰ ਰਹੀ ਹੈ। ਸੋ ਇਸ ਸਿੱਟ ਦੇ ਵਿੱਚ ਜਿਹੜੇ ਮੌਜੂਦ ਨੇ ਮੈਂਬਰ ਉਹਨਾਂ ਵੱਲੋਂ ਜਾਂਚ ਜਨ ਪੜਤਾਲ ਕੀਤੀ ਜਾਏਗੀ, ਪੁੱਛ ਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫਰਵਰੀ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਕਿ ਹੈ ਸਿੱਟ ਸਾਹਮਣੇ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀਗਾ ਤੇ ਉਸ ਸਮੇਂ ਕਿਸਾਨੀ ਅੰਦੋਲਨ ਜ਼ੋਰਾਂ ਤੇ ਸੀਗਾ। ਜਿਹੜੇ ਕਿ ਸਿੱਟ ਦੇ ਮੈਂਬਰ ਨੇ ਉਹ ਜਿਹੜੇ ਕਿ ਵਿਅਸਤ ਸਨ, ਉਹ ਕਿਸਾਨ ਅੰਦੋਲਨ ਵਿੱਚ ਵਿਅਸਤ ਸਨ, ਕੋਈ ਸ਼ੰਭੂ ਬਾਰਡਰ ਤੇ ਕੁਛ ਖਨੌਰੀ ਬਾਰਡਰ ਤੇ ਸਨ। ਸੋ ਉਸਦੇ ਤਹਿਤ ਜਿਹੜੀ ਕਿ ਦੁਬਾਰਾ ਜਿਹੜੀ ਪੇਸ਼ੀ ਉਹ 6 ਮਾਰਚ ਤਰੀਕ ਦਿੱਤੀ ਗਈ। ਸੋ ਅੱਜ ਕੁਝ ਸਮੇਂ ਦੇ ਵਿੱਚ ਜਿਹੜੇ ਕਿ ਬਿਕਰਮਜੀਤ ਸਿੰਘ ਮਜੀਠੀਆ ਉਹ ਪਹੁੰਚ ਸਕਦੇ ਨੇ। ਪੁੱਲਾ ਡਰੱਗ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛ ਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ। ਸੋ ਇਸ ਸਮੇਂ ਤਸਵੀਰ ਹੈ ਪੁਲਿਸ ਵਾਲੇ ਪਟਿਆਲਾ, ਜਿੱਥੇ ਕਿ ਪ੍ਰਸ਼ਾਸਨ ਅਧਿਕਾਰੀ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਲਗਾਤਾਰ ਜਿਹੜੀ ਕਿ ਹੈ ਸਾਰੀ ਪੈਰਵਾਈ ਕੀਤੀ ਜਾ ਰਹੀ ਹੈ, ਬੈਰੀਕੇਡਿੰਗ ਕੀਤੀ ਹੈ, ਸੁਰੱਖਿਆ ਦੇ ਇੰਤਜ਼ਾਮ ਤੱਕ ਜਿਹੜੇ ਕਿ ਨੇ ਉਹ ਕੀਤੇ ਗਏ ਨੇ, ਕਿਉਂਕਿ ਕਈ ਵਾਰੀ ਜਿਹੜੇ ਅਕਾਲੀ ਆਗੂਆਂ ਦੇ ਨਾਲ ਜਿਹੜੇ ਵਰਕਰ ਨੇ ਉਹ ਵੀ ਜਿਹੜੇ ਵੱਡੀ ਗਿਣਤੀ ਵਿੱਚ ਪਹੁੰਚ ਜਾਂਦੇ ਨੇ, ਜਿਨ੍ਹਾਂ ਦੇ ਵੱਲੋਂ ਇੱਥੇ ਆ ਕੇ ਕੁਛ ਹੱਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਨਾਮ ਸਿਮਰਨ ਕੀਤਾ ਜਾਂਦਾ ਤੇ ਅਰਦਾਸ ਕੀਤੀ ਜਾਂਦੀ ਹੈ ਵੀ ਕਿਸੇ ਤਰੀਕੇ ਦਾ ਕੋਈ ਅਣਚਾਹ ਵਾਕਿਆ ਨਾ ਵਾਪਰ ਜਾਵੇ। ਸੋ ਬਿਲਕੁਲ ਅੱਜ 6ਵੀਂ ਵਾਰ ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਸਿੱਟ ਦੇ ਸਾਹਮਣੇ ਪੇਸ਼ ਹੋਣ ਵਾਸਤੇ ਆ ਰਹੇ ਨੇ। ਇਸ ਤੋਂ ਪਹਿਲਾਂ ਜਿਹੜੇ ਪੇਸ਼ ਹੋਏ ਨੇ 7-7 ਘੰਟੇ ਪੁੱਛ ਕੇ ਚੱਲੀ ਹੈ, ਕਈ ਵਾਰ 4 ਘੰਟੇ ਪੁੱਛ ਕੇ ਚੱਲੀ ਹੈ। ਅੱਜ ਦੇਖਣਾ ਹੋਵੇਗਾ ਵੀ 11 ਵਜੇ ਅਗਰ ਬਿਕਰਮਜੀਤ ਸਿੰਘ ਮਜੀਠੀਆ ਅੰਦਰ ਪੇਸ਼ ਹੁੰਦੇ ਨੇ ਤਾਂ ਕਿੰਨੇ ਵਜੇ ਤੱਕ ਪੁੱਛ ਕੇ ਚੱਲਦੀ ਹੈ ਜਾਂ ਕੀ ਕੀ ਸਵਾਲਾਂ ਦੇ ਉੱਪਰ ਜਿਹੜੀ ਕੀ ਆ ਉਹ ਪੁੱਛ ਗਿੱਛ ਕੀਤੀ ਜਾ ਸਕੇ, ਕਿਉਂਕਿ ਇੱਕ ਮਾਮਲਾ ਜਿਹੜਾ ਕਾਫੀ ਪੁਰਾਣਾ ਦੱਸਿਆ ਜਾਏ। ਇਸ ਮਾਮਲੇ ਦੇ ਵਿੱਚ ਕਈ ਜਿਹੜੇ ਕਿ ਲੋਕ ਨਾਮਜ਼ਦ ਨੇ, ਪਰ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਦੇ ਵਿੱਚ 6 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਨੇ। ਸੋ ਉਸ ਤੋਂ ਬਾਅਦ ਹੁਣ ਲਗਾਤਾਰ ਉਹਦੀ ਜਾਂਚ ਪੜਤਾਲ ਹੈ, ਕੇਸ ਦੇ ਅੱਗੇ ਕੀਤੀ ਜਾ ਰਹੀ ਹੈ। ਸੋ ਅੱਜ ਵੱਡਾ ਸਵਾਲ ਹੋਏਗਾ ਵੀ ਕਿਸ ਤਰੀਕੇ ਦੇ ਸਵਾਲ ਬਿਕਰਮ ਸਿੰਘ ਮਜੀਠੀਆ ਤੋਂ ਕੀਤੇ ਜਾਂਦੇ ਨੇ, ਕਿੰਨੇ ਘੰਟੇ ਆਖਿਰਕਾਰ ਪੁੱਛ ਗਿੱਛ ਉਹ ਮਜੀਠੀਆ ਤੋਂ ਕੀਤੀ ਜਾਵੇਗੀ। ਕੈਮਰਾ ਪਰਸਨ ਅਮਨਦੀਪ ਦੇ ਨਾਲ ਤਰਨ ਠੁਕਰਾਲ, ਰੋਜ਼ਾਨਾ ਸਪੋਕਸਮੈਨ, ਪਟਿਆਲਾ।